ਸਾਡੇ ਚੈਨਲ ਢਿੱਲੋ ਵਲੌਗਸ ਤੁਹਾਡਾ ਸਵਾਗਤ ਹੈ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਅਤੇ ਅੱਜ ਆਪਾਂ ਗੱਲ ਕਰਨ ਵਾਲੇ ਹਾਂ ਪੰਜਾਬੀ ਫਿਲਮ 31 ਮਈ ਨੂੰ ਜਿਹੜੀ ਰਿਲੀਜ਼ ਹੋਈ ਹੈ, ਜਿਹਦੇ ਵਿੱਚ ਬੱਬਲ ਰਾਏ, ਸਮੀਪ ਕੈਂਗ ਅਤੇ ਜਸਵਿੰਦਰ ਭੱਲਾ ਜੀ ਸ਼ਿਰਕਤ ਕਰ ਰਹੇ ਨੇ ਅਤੇ ਹੋਰ ਵੀ ਕਾਫੀ ਐਕਟਰਸ ਨੇ, ਪਰ ਇਹ ਜ਼ਿਆਦਾ ਮੇਨ ਲੀਡ ਰੋਲ ਦੇ ਵਿੱਚ ਨੇ। ਬੱਬਲ ਰਾਏ ਜੋ ਕਿ ਇਸ ਫਿਲਮ ਦੇ ਵਿੱਚ ਹੀਰੋ ਦੀ ਐਂਟਰੀ ਦੇ ਵਿੱਚ ਨੇ ਅਤੇ ਉਹਨਾਂ ਨਾਲ ਹੈਗੇ ਨੇ ਪਚੰਗਾ ਜੀ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਇਸ ਫਿਲਮ ਦੇ ਬੇਸਿਕ ਸਟੋਰੀ ਬਾਰੇ ਅਤੇ ਫਿਲਮ ਦੀ ਸਟੋਰੀ ਕਿੱਦਾਂ ਦੀ ਹੈ। ਸਟੋਰੀ ਦੀ ਆਪਾਂ ਜੇ ਸਿੱਧੀ ਜੀ ਗੱਲ ਕਰ ਲਈਏ ਤਾਂ ਸਟੋਰੀ ਦੇ ਵਿੱਚ ਕੀ ਹੈ, ਜਸਵਿੰਦਰ ਭੱਲਾ ਦਾ ਮੁੰਡਾ ਹੁੰਦਾ ਹੈ ਬੱਬਲ ਰਾਏ, ਅਤੇ ਬੱਬਲ ਰਾਏ ਕਿਸੇ ਕੁੜੀ ਨਾਲ ਵਿਆਹ ਕਰਾ ਲੈਂਦਾ, ਪਰ ਉਹ ਡਰਦਾ ਹੁੰਦਾ ਕਿ ਆਪਣੇ ਪਿਓ ਨੂੰ ਨਹੀਂ ਦੱਸ ਸਕਦਾ, ਕਿਉਂਕਿ ਉਹਦਾ ਪਿਓ ਚਾਹੁੰਦਾ ਹੁੰਦਾ ਇੱਕ ਉਹਨੇ ਮਤਲਬ ਪੰਡਿਤ ਰੱਖਿਆ ਹੁੰਦਾ, ਜਿਵੇਂ ਕਿ ਪਹਿਲਾਂ ਲੋਕ ਵਿਸ਼ਵਾਸ ਕਰਦੇ ਹੁੰਦੇ ਸੀ ਪੰਡਿਤਾਂ ਦੀਆਂ ਕੁੰਡਲੀਆਂ ਦੇ ਵਿੱਚ ਵੀ ਉਹ ਪੰਡਿਤ ਤੋਂ ਕੁੰਡਲੀ ਕਢਾਊਗਾ ਅਤੇ ਫਿਰ ਹੀ ਉਸਦਾ ਵਿਆਹ ਹੋਊਗਾ, ਜਿਹੜਾ ਪੰਡਿਤ ਹੈ ਉਹ ਕੁੰਡਲੀ ਉਹਦੀ ਹੋਰ ਹਿਸਾਬ ਨਾਲ ਕੱਢਦਾ ਹੈ। ਇਸ ਕਰਕੇ ਉਹਨੇ ਘਰ ਦੱਸਿਆ ਨਹੀਂ ਹੁੰਦਾ ਵੀ ਸਾਡਾ ਵਿਆਹ ਨਹੀਂ ਹੋਣਾ, ਅਤੇ ਜਦੋਂ ਉਹਨਾਂ ਦਾ ਵਿਆਹ ਹੋ ਜਾਂਦਾ ਤਾਂ ਫਿਰ ਉਹਨੂੰ ਦੱਸਣ ਦੀਆਂ ਪਲੈਨਿੰਗਾਂ ਬਣਾਉਂਦੇ ਨੇ ਅਤੇ ਕਿਵੇਂ ਦੱਸਿਆ ਜਾਵੇ ਜਸਵਿੰਦਰ ਭੱਲਾ ਜੀ ਨੂੰ। ਇੱਦਾਂ ਕਰਦੇ ਕਰਦੇ ਇਹ ਫਿਲਮ ਦੀ ਸਟੋਰੀ ਹੈ ਅਤੇ ਇੱਦਾਂ ਦੀ ਸਟੋਰੀ ਪੈਂਦੇ ਮੈਨੇ, ਇਹਦੇ ਵਿੱਚ ਕੋਮੇਡੀ ਵਗੈਰਾ ਦਾ ਤੜਕਾ ਹੈ, ਠੀਕ ਠੀਕ ਕਮੇਡੀ ਹੈ, ਜ਼ਿਆਦਾ ਵੀ ਨਹੀਂ ਹੈ, ਪਰ ਜਸਵਿੰਦਰ ਭੱਲਾ ਦੇ ਹੋਣ ਕਰਕੇ ਫਿਲਮ ਦੀ ਥੋੜ੍ਹੀ ਜਿਹੀ ਟਾਈਮਿੰਗ ਕੋਮਿਕ ਅੱਛੀ ਹੈ, ਕਿਉਂਕਿ ਉਹਨਾਂ ਕਰਕੇ ਥੋੜ੍ਹਾ ਜਿਹਾ ਦਿਲ ਲੱਗ ਜਾਂਦਾ ਫਿਲਮ ਦੇ ਵਿੱਚ। ਇੱਦਾਂ ਲੱਗਦਾ ਵੀ ਉਹ ਕੋਈ ਜੋਕ ਮਾਰਨਗੇ ਜਾਂ ਉਹਨਾਂ ਦੇ ਬੋਲਣ ਦਾ ਲਹਿਜਾ ਹੀ ਇੱਦਾਂ ਦਾ। ਸਮੀਪ ਕੈਂਗ ਇਸ ਫਿਲਮ ਦੇ ਡਾਇਰੈਕਟਰ ਨੇ, ਜਿੰਨਾ ਕਿ ਕੈਰੀ ਓਨ ਜੱਟਾ ਪਹਿਲਾਂ ਡਾਇਰੈਕਟ ਕਰੀ ਸੀ, ਅਤੇ ਕੈਰੀ ਓਨ ਜੱਟਾ ਦਾ ਤੁਹਾਨੂੰ ਪਤਾ ਹੀ ਹੈ ਕਿੱਡੀ ਹਿੱਟ ਫਿਲਮ ਸੀ। ਅਤੇ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਬੇਸਿਕ ਸਟੋਰੀ ਤੋਂ ਉੱਪਰਾਂ ਜਾ ਕੇ ਵੀ ਇਸ ਫਿਲਮ ਨੂੰ ਲੋਕ ਕਿੰਨਾ ਕੁ ਪਸੰਦ ਕਰ ਰਹੇ ਨੇ ਅਤੇ ਕਿੰਨਾ ਕੁ ਨਹੀਂ ਕਰ ਰਹੇ। 31 ਮਈ ਨੂੰ ਯਾਨੀ ਕਿ ਕੱਲ੍ਹ ਹੀ ਇਹ ਫਿਲਮ ਰਿਲੀਜ਼ ਹੋਈ ਹੈ ਅਤੇ ਅੱਜ ਵੋਟਾਂ ਵਾਲਾ ਦਿਨ ਹੈ, ਕੋਈ ਖਾਸ ਲੋਕ ਉੱਧਰ ਜਾਂਦੇ ਵੇਖੇ ਨਹੀਂ ਗਏ ਕਿਉਂਕਿ ਵੋਟਾਂ ਦਾ ਕਰੇਜ਼ ਚੱਲ ਰਿਹਾ ਸੀ। ਅਤੇ ਹੁਣ ਕੱਲ੍ਹ ਤੋਂ ਪਤਾ ਲੱਗੇਗਾ ਇਸ ਫਿਲਮ ਨੂੰ ਕਿੰਨਾ ਕੁ ਪਿਆਰ ਦਿੱਤਾ। ਵੈਸੇ ਪਹਿਲਾਂ ਅਸੀਂ ਇਸ ਦੀ ਵੈਬ ਸੀਰੀਜ਼ ਵੀ ਸਮੀਪ ਕੈਂਗ ਦੇ ਚੈਨਲ 'ਤੇ ਵੇਖ ਚੁੱਕੇ ਹਾਂ, ਜਿਸ ਦਾ ਨਾਮ ਸੀ ਪੂਨੀਆ ਦੀ ਦੁਨੀਆ। ਸਮੀਪ ਕੈਂਗ ਅਤੇ ਸੋਰੀ ਜਸਵਿੰਦਰ ਭੱਲਾ ਜੀ ਅਤੇ ਬੱਬਲ ਰਾਏ ਪੂਨੀਆ ਯਾਦ ਦੇ ਹੁੰਦੇ ਨੇ ਅਤੇ ਉਸ 'ਤੇ ਬਣਾਈ ਗਈ ਸੀ ਪੂਨੀਆ ਦੀ ਦੁਨੀਆ। ਬਸ ਮੈਨੂੰ ਲੱਗਦਾ ਕਿ ਇੱਕ ਟਾਈਟਲ ਹੀ ਚੇਂਜ ਕੀਤਾ ਗਿਆ, ਕੋਈ ਵੀ ਬੰਦਾ ਇਸ ਫਿਲਮ ਦੇ ਵਿੱਚ ਚੇਂਜ ਨਹੀਂ ਹੈਗਾ, ਸੇਮ ਟੂ ਸੇਮ ਹੀ ਫਿਲਮ ਅੱਗੇ ਰੱਖ ਦਿੱਤੀ ਗਈ। ਅਤੇ ਇੱਕ ਵੈਬ ਸੀਰੀਜ਼ ਨੂੰ ਫਿਲਮ ਦਾ ਰੂਪ ਦੇ ਦਿੱਤਾ ਗਿਆ ਕਿਉਂਕਿ ਉਦੋਂ ਪੂਰੀ ਨਹੀਂ ਕੀਤੀ ਗਈ, ਸ਼ਾਇਦ ਉਹ ਪ੍ਰਮੋਸ਼ਨ ਦਾ ਤਰੀਕਾ ਹੋਵੇ ਜਾਂ ਕਿੱਦਾਂ ਵੀ। ਹੁਣ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਲਾਈਕ